ਬਸ ਘਰ ਦੇ ਹਾਲਾਤ ਹੀ ਕੁਝ ਐਜੋ ਜੇ ਹੋ ਗਏ ਸੀ ਕਿ ਕੰਮਕਾਰ ਬਿਲਕੁਲ ਠੱਪ ਹੋ ਗਿਆ ਸੀਗਾ ਡੈਡੀ ਵੀ ਵੇਲੇ ਰੰਨਣ ਲੱਗ ਪਏ ਇਹ ਵੀ ਵੇਲੇ ਰੰਨਣ ਲੱਗ ਪਏ ਇਤੋਂ ਤੱਕ ਕਿ ਡੈਡੀ ਦਾ ਡਿਪਰੈਸ਼ਨ ਚ ਚਲੇ ਗਿਆ ਸੀਗੇ ਇਸ ਸਬੱਤ ਤੇ ਸਾਰੀ ਡੈਡੀ ਘਰ ਦੇ ਬੈਠੇ ਰਹਿਣਾ ਬਾਹਰ ਨਾ ਕਿਤੇ ਜਾਣਾ ਬੱਚਿਆਂ ਦੀ फीस ਨਾ ਦਿਹਾਉਣੀ ਘਰ ਦੇ ਖਰਚੇ ਨਾ ਪੂਰੇ ਹੋਣੇ ਤਾਂ ਕਰਕੇ ਫਿਰ ਕੀ ਕੰਨਾ ਸੋਚਾ ਵਰਗੇ ਇਸੇ ਲਾਈਨ ਵਿੱਚ ਜਾਂਦੇ ਆਂ ਜਿੰਨੀਆਂ ਕੋਈ ਮੁਸ਼ਕਲਾਂ ਪਰਿਵਾਰ ਨੂੰ ਉਸ ਦੋੱਚ ਚ ਚਲਦੀਆਂ ਕਾਫੀ ਮੁਸ਼ਕਲਾਂ ਚੱਲੀਆਂ ਪਈਆਂ ਐ ਦੁੱਖ ਤੋ ਤਾਂ ਕਿ ਜੇਬ ਖਾਲੀ ਰਹਿੰਦੀ ਸੀ ਮੈਨੂੰ ਜੋ ਪਤਾ ਲੱਗਾ ਕਿ ਗੁਰੂ ਘਰ ਚ ਲੰਗਰ ਦੀ ਵੀ ਸੇਵਾ ਬੜੇ ਚਿਰ ਤੋਂ ਚੱਲੀ ਆ ਰਹੀ ਹੈ ਤੁਹਾਡੇ ਦੇ ਵੱਲੋਂ ਹੀ ਲੰਗਰ ਤਿਆਰ ਕੀਤਾ ਜਾਂਦਾ ਹੈ ਲੰਗਰ ਦੇ ਤਿਆਰ ਜੇ ਸਾਨੂੰ ਅਸੀਂ ਤੋਂ ਮਕਰ ਰਿਹਾ ਜੀ ਤੇ ਅਜੇ ਤੱਕ ਕਰੀ ਜਾ ਰਹੇ ਹਿੱਥੇ ਕੋਈ ਕਵੇ ਟਾਈਮ ਹੋਣਾ ਚਾਹੀਦਾ ਸਾਡੇ ਕੋਲ ਫ੍ਰੀ ਸੇਵਾ ਕਰਦੇ ਪੈਸੇ ਲੈਂਦੀ ਕੋਈ ਸਵਾਲ ਹੀ ਬਣ ਨਹੀਂਦਾ ਲੈ ਲਈ ਤੇ ਨਾਲ ਅਸੀਂ ਆਪ ਆਪਣਾ ਮੈਂ ਆਪਣਾ ਬੇਟਾ ਲੈਣ ਲੈਣ ਨਾਲ ਹੈਲਪਰ ਵਾਸਤੇ ਨਹੀਂ ਕਦੇ ਦੋਨੇ ਜਾਣੇ ਕੰਮ ਪੂਰਾ ਕਰਦੇ ਫਿਰ ਉਹ ਸੇਵਾ ਦਾ ਅੱਜ ਫਲ ਮਿਲ ਗਿਆ ਹਨਾ ਉਸ ਸੇਵਾ ਦੇ ਜਰੀਏ ਜਿਹੜਾ ਕੰਮ ਕੀਤਾ ਸੀ ਅੱਜ ਉਹਦੇ ਨਾਲ ਹੀ ਕਾਰੋਬਾਰ ਮਿਲ ਬਿਲਕੁਲ ਸਹੀ ਗੱਲ ਹੈ ਕੁਛ ਮੜ ਕੇ ਬੀਬੀਆਂ ਦੀ ਅਰਦਾਸ ਵੀ ਹੈਗੀ ਸੀ ਦੇਦੇ ਨਾਨਕ ਦੀ ਅਰਦਾਸ ਹੈਗੀ ਵਿੱਚ ਤੇ ਕੁਛ ਸਾਡੀ ਸੇਵਾ ਨੇ ਫਲ ਕੀਤਾ ਕੁਛ ਸਾਡੇ ਹੱਥ ਚ ਹੁਨਰ ਹੈਗਾ ਸੀਗਾ ਤੇ ਹੁਨਰ ਦੇ ਹਉਨ باوجود ਸਾਡੇ ਕੋਲ ਕੰਮ ਕਾਫੀ ਚੋਟੇ ਕੰਮ ਕਰੀਏ ਕੰਮ ਕਰੀਏ ਪਰ ਕੰਮ ਕਰਨ ਵਾਸਤੇ ਮਾਇਆ ਬਹੁਤ ਚਾਹੀਦੀ ਆ ਤੇ ਮਾਇਆ ਸਾਡੇ ਕੋਲ ਹੈ ਨਹੀਂ ਸੀਗੀ ਇਹੋ ਹੀ ਕੰਮ ਇੱਕ ਹੈਗਾ ਸੀ ਜਿਹੜਾ ਬੱਚਾ ਜਿਹਦੇ ਵਿੱਚ ਮਾਇਆ ਘੱਟ ਲੱਗਦੀ ਆ ਤੇ ਕੰਮ ਪੈਸੇ ਨਹੀਂ ਨਿਕਲ ਸਕਦੇ ਆ ਰੋਟੀ ਪਾਣੀ ਸਾਡਾ ਚੱਲਦਾ ਕਿ ਜਲਾ ਅਮ ਜਿਹੜਾ ਸ਼ੁਰੂ ਹੋਇਆ ਉਹ ਇਹਦੇ ਸਿਰ ਤੇ ਹੋਇਆ ਪਹਿਲੇ ਕਹੇ ਵੀ ਕੰਮ ਤੇਰੇ ਸਿਰ ਤੇ ਹੋਏਗਾ ਤੂੰ ਕਰ ਰਾ ਸਾਨੂੰ ਜੋ ਕਹਿੰਗੇ ਅਸੀਂ ਉਹ ਕਰਾਂਗੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੀ ਆਪਣਾ ਆਪ ਦੇਖੋ ਆਪਣਾ ਪਰਿਵਾਰ ਦੇਖੋ ਕਦੀ ਵੀ ਪਿੱਛੇ ਨਾ ਹਟੋ ਤੁਹਾਡੇ ਹੱਥ ਵਿੱਚ ਜਿਹੜਾ ਵੀ ਹਨਰ ਹੈ ਉਸ ਹਨਰ ਨੂੰ ਲੈ ਕੇ ਤੁਸੀਂ ਅੱਗੇ ਚਲੋ ਆਪ ਵੀ ਚਲੋ ਆਪਣੇ ਪਰਿਵਾਰ ਨੂੰ ਵੀ ਚਲਾਓ ਇੱਕ ਕਹਾਵਤ ਬੜੀ ਹੀ ਮਸ਼ਹੂਰ ਹੈ ਕਿ ਉਦਮ ਅੱਗੇ ਲక్ష్ਮੀ ਤੇ ਪੱਖੇ ਅੱਗੇ ਪਾਉਣ ਕਈ ਪਰਿਵਾਰ ਐਸੇ ਦੇਖੇ ਹਨ ਜਦੋਂ ਉਹਨਾਂ ਦੇ ਘਰ ਦੇ ਵਿੱਚ ਗੁਜ਼ਾਰਾ ਕਰਨ ਦੇ ਲਈ ਕਾਰੋਬਾਰ ਨਹੀਂ ਚੱਲ ਪਾਉਂਦਾ ਤਾਂ ਆਪਣੇ ਹਥਿਆਰ ਛੁੱਟ ਜਾਂਦੇ ਹਨ ਪਰ ਕਈ ਐਸੇ ਪਰਿਵਾਰ ਵੀ ਵੇਖੇ ਹਨ ਜਿਹੜੇ ਉਦਮ ਕਰਦੇ ਹਨ ਮਿਹਨਤ ਕਰਦੇ ਹਨ ਤੇ ਆਪਣੇ ਪਰਿਵਾਰ ਨੂੰ ਸਹੀ ਲਾਈਨ ਤੇ ਲੈ ਕੇ ਆਉਂਦੇ ਹਨ ਐਸੇ ਹੀ ਇੱਕ ਬਟਾਲਾ ਦੇ ਰਹਣ ਵਾਲੇ ਪਰਿਵਾਰ ਕੋ ਪਹੁੰਚੇ ਹਾਂ ਜਿਨ੍ਹਾਂ ਦਾ ਕਾਰੋਬਾਰ ਬਿਲਕੁਲ ਖਤਮ ਹੋ ਗਿਆ ਪਰ ਕਿਤਨਾ ਕਿਤੇ ਇਸ ਪਰਿਵਾਰ ਦੇ ਵਿੱਚ ਇਸ ਪਰਿਵਾਰ ਦੀ ਨੂੰਹ ਨੇ ਧੀ ਬਣ ਕੇ ਅੱਗੇ ਆਈ ਤੇ ਪਰਿਵਾਰ ਦੇ ਵਿੱਚ ਇਹ ਕਾਰੋਬਾਰ ਜਿਹੜਾ ਉਹ ਸ਼ੁਰੂ ਕੀਤਾ ਕਾਰੋਬਾਰ ਸ਼ੁਰੂ ਕੀਤਾ ਘਰ ਦੇ ਅੰਦਰ ਹੀ ਕੜੀ ਚੋਲ ਬਣਾਉਂਦਾ ਰਾਜਮਾ ਚੋਲ ਬਣਾਉਂਦਾ ਅਤੇ ਦਾਲ ਚੋਲ ਬਣਾਉਂਦਾ ਨਾਲ ਹੱਥ ਵਟਾਇਆ ਇਸ ਪਰਿਵਾਰ ਦੀ ਨੂੰਹ ਦਾ ਉਸਦੇ ਸੋਹਰਾ ਅਤੇ ਉਸ ਦੀ ਸੱਸ ਨੇ ਜੇ ਗੱਲ ਕੀਤੀ ਜਾਵੇ ਤਾਂ ਕਾਰੋਬਾਰ ਕਰਕੇ ਘਰ ਚਲਾਉਣਾ ਔਖਾ ਹੋ ਗਿਆ ਸੀ ਪਰ ਕਹਿੰਦੇ ਹਨ ਨਾ ਕਿ ਉਦਮ ਅੱਗੇ ਲక్ష్ਮੀ ਹੁੰਦੀ ਹੈ ਤੇ ਇਹਨਾਂ ਨੇ ਉਦਮ ਕੀਤਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਕੜੀ ਚੋਲ ਰਾਜਮਾ ਚੋਲ ਦਾਲ ਚੋਲ ਦਾ ਕੰਮ ਸ਼ੁਰੂ ਕੀਤਾ ਘਰ ਦੇ ਅੰਦਰ ਹੀ ਪਰਿਵਾਰਕ ਤੌਰ ਤੇ ਆਪਣੇ ਹੱਥਾਂ ਦੇ ਨਾਲ ਇਹ ਕੜੀ ਇਹ ਸਾਰਾ ਸਮਾਨ ਤਿਆਰ ਕੀਤਾ ਜਾਂਦਾ ਹੈ ਇਹਨਾਂ ਵੱਲੋਂ ਸੋਹਰਾ ਸਾਹਿਬ ਇਹਨਾਂ ਦੇ ਦੁਕਾਨ ਤੇ ਲੈ ਕੇ ਜਾ ਕੇ ਵੇਚਦੇ ਹਨ ਇੱਕ ਮਹੀਨਾ ਹੋਇਆ ਹੈ ਇਹ ਕੰਮ ਸ਼ੁਰੂ ਕੀਤੇਆਂ ਨੂੰ ਪਰ ਮਿਹਨਤ ਕੀਤੀ ਤੇ ਮਿਹਨਤ ਸਦਕੇ ਅੱਜ ਪੂਰੇ ਬਟਾਲੇ ਵਿੱਚ ਚਰਚਾ ਹੋ ਚੁੱਕੀ ਹੈ ਇਹਨਾਂ ਦੇ ਕੜੀ ਚਾਵਲਾਂ ਦੀ ਗੱਲਬਾਤ ਵੀ ਕਰਾਂਗੇ ਜਰੂਰ ਪਰ ਨਾਲ ਦੀ ਨਾਲ ਇਹ ਵੀ ਜਰੂਰ ਦੱਸਣਾ ਚਾਹਾਂਗਾ ਕਿ ਇਹਨਾਂ ਦੇ ਜੋ ਸੋਹਰੇ ਨੇ ਉਹ ਗੁਰਦੁਆਰਾ ਸਾਹਿਬ ਚ ਵੀ ਲੰਗਰ ਦੀ ਸੇਵਾ ਕਰਦੇ ਆ ਰਹੇ ਨੇ ਪਿਛਲੇ 40 ਸਾਲਾਂ ਤੋਂ ਜਿੱਥੇ ਕਿਤੇ ਵੀ ਲੰਗਰ ਤਿਆਰ ਹੁੰਦਾ ਇਹਨਾਂ ਨੂੰ ਬੁਲਾਇਆ ਜਾਂਦਾ ਹੈ ਇਹ ਜਾ ਕੇ ਉੱਥੇ ਖੁਦ ਆਪਣੀ ਦੇਖ ਰੱਖ ਕੇ ਲੰਗਰ ਤਿਆਰ ਕਰਵਾਉਂਦੇ ਨੇ ਤੇ ਅੱਜ ਉਸੇ ਦੇ ਚਲਦਿਆਂ ਹੀ ਜਾਂ ਕਹਿ ਲਿਆ ਜਾਵੇ ਕਿ ਉਸੇ ਸੇਵਾ ਦਾ ਫਲ ਇਹਨਾਂ ਨੂੰ ਮਿਲ ਰਿਹਾ ਹੈ ਕਿ ਘਰ ਦੇ ਵਿੱਚ ਇਹ ਕੰਮ ਸ਼ੁਰੂ ਕੀਤਾ ਹੈ ਇੱਥੋਂ ਬਣਾ ਕੇ ਸਮਾਨ ਦੁਕਾਨ ਤੇ ਪਹੁੰਚਦਾ ਹੈ ਤੇ ਉੱਥੇ ਜਾ ਕੇ ਇਹ ਸਮਾਨ ਗ੍ਰਾਹਕਾਂ ਨੂੰ ਵੇਚਿਆ ਜਾਂਦਾ ਹੈ ਸਭ ਤੋਂ ਪਹਿਲਾਂ ਇਸ ਘਰ ਦੀ ਨੂੰ ਜਿਹੜੀ ਧੀ ਬਣ ਕੇ ਨਾਲ ਆਈ ਆ ਅੱਗੇ ਆਈ ਆ ਉਹਦੇ ਨਾਲ ਗੱਲਬਾਤ ਕਰਦੇ ਆ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਨੂੰ ਸੱਸ ਦਾ ਕਲੇਸ਼ ਘਰ ਚ ਚੱਲਿਆ ਰਹਿੰਦਾ ਪਰ ਇੱਥੇ ਕੁਝ ਹੋਰ ਹੀ ਦੇਖਣ ਦੀ ਤਸਵੀਰ ਮਿਲ ਰਹੀ ਹੈ ਗੱਲਬਾਤ ਕਰ ਲੈਂਦੇ ਆ ਨਾਮ ਕੀ ਜੀ ਆਪਣਾ ਨਾਮ ਹਰਮੀਤ ਕੌਰ ਮੇ ਜੀ ਇਹ ਮੈਨੂੰ ਦੱਸੋ ਕਿ ਕਿਦਾਂ ਇਹ ਸੋਚ ਆਈ ਦਿਮਾਗ 'ਚ ਕਿ ਇਸ ਤਰੀਕੇ ਨਾਲ ਇਹ ਕੰਮ ਕਰਨਾ ਤੇ ਆਪਣੇ ਘਰ ਦਾ ਗੁਜ਼ਾਰਾ ਚਲਾਣਾ। ਬਸ ਘਰ ਦੇ ਹਾਲਾਤ ਹੀ ਕੁਝ ਐਹੋ ਜੇ ਹੋ ਗਏ ਸੀ ਕਿ ਕੰਮਕਾਰ ਬਿਲਕੁਲ ਠੱਪ ਹੋ ਗਿਆ ਸੀਗਾ। ਡੈਡੀ ਵੀ ਵੇਲੇ ਰਣ ਲੱਗ ਪਏ, ਇਹ ਵੀ ਵੇਲੇ ਰਣ ਲੱਗ ਪਏ ਇਥੋਂ ਤੱਕ ਕਿ ਡੈਡੀ ਦਾ ਡਿਪਰੈਸ਼ਨ ਚ ਚੱਲੇਗਾ ਸੀਗਾ ਖਸਾਬ ਦੇ। ਸਾਰੀ ਡੈਡੀ ਘਰੇ ਬੈਠੇ ਰਹਿਣਾ, ਬਾਹਰ ਨਾ ਕਿਤੇ ਜਾਣਾ, ਬੱਚਿਆਂ ਦੀ ਫੀਸ ਨਾ ਹੋਣੀ, ਘਰ ਦੇ ਖਰਚੇ ਨਾ ਪੂਰੇ ਹੋਣੇ। ਤਾਂ ਕਰਕੇ ਫਿਰ ਕੀ ਕਹਿੰਦੇ ਨੇ ਸੋਚਿਆ ਫਿਰਗੇ ਇਸੇ ਲਾਈਨ ਵਿੱਚ ਜਾਨਨੇ ਆ। ਪਹਿਲਾਂ ਕੀ ਕਾਰੋਬਾਰ ਕੀ ਕਰਦੇ ਸੀ ਤੁਹਾਡੇ ਹਸਬੰਦ ਜਾਂ ਫਾਦਰ ਨੇ ਲਾ ਜਾਂ ਤੁਸੀਂ ਆਪ ਆਟੋਮੈਟਿਕ ਸਵਿਚ ਦਾ ਹੈਗਾ ਸੀਗਾ వాటర్ ਲੈਵਲ ਸਵਿਚ ਵਗੈਰਾ ਬਣਾਉਂਦੇ ਸੀਗੇ ਕੰਪਲੇਂਸ ਵਗੈਰਾ ਭੁਗਤਾਨਦੇ ਪਰ ਹੁਣ ਇਹੋ ਜਿਹਾ ਕੁਝ ਵੀ ਨਹੀਂ ਹੈਗਾ ਪਿੱਛੋਂ ਮਾਲ ਮਹਿੰਗਾ ਹੋਏ ਜਾਂਦਾ ਗਾਹਕ ਅੱਗੇ ਰੇਟ ਨਹੀਂ ਪਰਦਾ ਤੇ ਤਾਂ ਕਰਕੇ ਦੁਕਾਨ ਬਿਲਕੁਲ ਖਤਮ ਹੀ ਹੈ ਗਈ ਸੀ ਸਾਬ ਕਿੰਨੀਆਂ ਕੁ ਫੇਰ ਮੁਸ਼ਕਲਾਂ ਪਰਿਵਾਰ ਨੂੰ ਉਸ ਦੋਚ ਚ ਚਲਣੀਆਂ ਕਾਫੀ ਮੁਸ਼ਕਲਾ ਚਲਨੀ ਆ ਪਈਆਂ ਇੱਥੋਂ ਤੱਕ ਕਿ ਜੇਬ ਖਾਲੀ ਰਹਿੰਦੀ ਸੀਗੀ ਬਿਲਕੁਲ ਬੱਚਿਆਂ ਨੇ ਕੇ ਚੀਜ਼ ਦੀ ਡਿਮਾਂਡ ਕਰਨੀ ਉਹ ਵੀ ਨਹੀਂ ਦਿੱਤੀ ਜਾਂਦੀ ਸੀਗੀ ਮਤਲਬ ਬੱਚਾ ਦੀ ਕੋਈ ਵੀ ਫਰਮੈਸ਼ ਪੂਰੀ ਨਹੀਂ ਸੀ ਕਰ ਸਕਦੇ ਦੋ ਟਾਈਪ ਦੀ ਰੋਟੀ ਮਤਲਬ ਚਲਾ ਲਈ ਸੀ ਇਹੋ ਬੜੀ ਹੋ ਜਾਂਦੀ ਸੀ ਫਿਰ ਇਹ ਇਸ ਕਾਰੋਬਾਰ ਨੂੰ ਸ਼ੁਰੂ ਕਰਨ ਦੀ ਸੋਚ ਸਾਰਿਆਂ ਦੀ ਇਕੱਠੀ ਸੀ ਕਿ ਤੁਸੀਂ ਦੱਸਿਆ ਇਹਨਾਂ ਨੂੰ ਤੇ ਫਿਰ ਤੁਹਾਡੇ ਨਾਲ ਸਾਥ ਦਿੱਤਾ ਨਹੀਂ ਮੈਂ ਤੇ ਪਾਪਾ ਤੇ ਅਸੀਂ ਕਾਫੀ ਟਾਈਮ ਦਾ ਸੋਚਦੇ ਪਏ ਸੀ ਕਿ ਬਸੀ ਅਸੀਂ ਕੰਮ ਕਰੀਏ ਪਰ ਕੋਈ ਗੱਲ ਭਾਈ ਜਦੋਂ ਰੱਬ ਨੇ ਮਤਲਬ ਜਿਹੜਾ ਕੰਮ ਕਰਾਉਣਾ ਉਹ ਕੰਮ ਦਾ ਟਾਈਮ ਉਦੋਂ ਹੀ ਹੁੰਦਾ ਹੈ ਬਸ ਨਾਇਓ ਕਰਕੇ ਕੀ ਕਹਿੰਦੇ ਨੇ ਫਿਰ ਅਸੀਂ ਸਾਨੂੰ ਲਾਗੇ ਗੁਰਦੁਆਰੇ ਜਿਹੜੇ ਅਸੀਂ ਸਿੰਘ ਸਭਾ ਗੁਰਦੁਆਰੇ ਦਾ ਜਿੱਥੇ ਜਾਂਦੇ ਆ ਉੱਥੇ ਆ ਦੇ ਕਹਿੰਦਾ ਬੀਬੀਆਂ ਨੇ ਵੀ ਮਤਲਬ ਇੰਨੀ ਗੱਲ ਕਹੀ ਬਈ ਕਹਿੰਦੇ ਜੇ ਨਹੀਂ ਕੋਈ ਕੰਮ ਹੈਗਾ ਤਾਂ ਤੁਹਾਡੇ ਹੱਥ ਚ ਹੋਣਾ ਰਗਾ ਤੁਸੀਂ ਇਹ ਕੰਮ ਕਰੋ ਉਹਨਾਂ ਨੇ ਉੱਥੇ ਅਰਦਾਸ ਕੀਤੀ ਕਿ ਤੁਸੀਂ ਇਹ ਕੰਮ ਸ਼ੁਰੂ ਕਰੋ ਉਹਨਾਂ ਨੇ ਸਾਨੂੰ ਦੁਕਾਨ ਦਵਾਈ ਆ ਇਸ ਉਹਨਾਂ ਕਰਕੇ ਹੀ ਸਾਡਾ ਇਹ ਕੰਮ ਸ਼ੁਰੂ ਹੋਇਆ ਇਹਦਾ ਮਤਲਬ ਫਿਰ ਉਹ ਜਿਹੜੀ ਗੁਰਦੁਆਰਾ ਸਾਹਿਬ ਚ ਅਰਦਾਸ ਕੀਤੀ ਜਾਂ ਫਿਰ ਤੁਹਾਡੇ ਫਾਦਰ ਨੇ ਲਾਦੀ ਜਿਹੜੀ ਸੇਵਾ ਸੀ ਲੰਗਰ ਦੀ ਉਹ ਅੱਗੇ ਆ ਗਈ ਇਹ ਉਹ ਇਹ ਸਾਰਾ ਜੋ ਕੁਝ ਇਹਨਾਂ ਨੇ ਕੀਤਾ ਉਹ ਸਾਰ ਸਭ ਕੁਝ ਇਸੇ ਰੂਪ ਚ ਅੱਗੇ ਆਇਆ ਪਰ ਹੁਣ ਤੇ ਕਹਿੰਦੇ 1 ਮਹੀਨੇ ਦੇ ਵਿੱਚ ਨਾ ਹੀ ਨਾ ਹੋ ਗਿਆ ਕਿ ਕੜੀ ਚੋਲ ਪੂਰੇ ਬਟਾਲੇ ਚ ਮਸ਼ਹੂਰ ਹੋ ਗਿਆ ਜਿਹੜੇ ਤੁਹਾਡੇ ਹੱਥ ਦੇ ਬਣੇ ਹੁੰਦੇ ਦਹੀਂ ਆ ਬਸ ਗਈ ਕਹਿੰਦੇ ਨੇ ਘਰ ਤੋਂ ਮਤਲਬ ਥੋੜੀ ਥੋੜੀ ਬਣਾਉਣੀ ਸ਼ੁਰੂ ਕੀਤੀ ਹੱਥ ਇੰਨਾ ਕੁ ਸਾਫ਼ ਹੈਗਾ ਸੀਗਾ ਪਰ ਪਤਾ ਨਹੀਂ ਕਿ ਇੰਨਾ ਵੀ ਕਰ ਲਾਂਗੀ ਪਰ ওই ਗੱਲ ਗੁਰੂ ਮਹਾਰਾਜ ਨੇ ਇਹੋ ਜਾਂ ਫਿਰ ਕੀਤਾ ਕਿ ਕਹਿੰਦੇ ਨੇ ਕਿ ਹੁਣ ਸਭ ਕੁਝ ਹੱਥੋਂ ਬਣਾ ਆਪਣਾ ਕੇ ਦੁਕਾਨ ਤੇ ਵੇਚ ਦਿੰਨੇ ਆ। ਪਹਿਲੇ ਦਿਨ ਜਦੋਂ ਬਣਾਈ ਸੀ ਉਦੋਂ ਕੋਈ ਕੰਪਲੇਂਟ ਵੀ ਆਈ ਕਿ ਕੋਈ ਸ਼ਿਕਾਇਤ ਆਈ ਕਿ ਇਹ ਕਮੀ ਰਹਿ ਗਈ ਜਾਂ ਇਸ ਤਰ੍ਹਾਂ ਦੀ। ਕੋਈ ਕੰਪਲੇਨ ਨਹੀਂ ਆਈ ਕਿ ਕਹਿੰਦੇ ਨੇ ਗਾਖ ਨੇ ਕੜੀ ਬਹੁਤ ਪਸੰਦ ਕੀਤੀ ਆ। ਠੀਕ ਹੈ। ਤੇ ਜਦੋਂ ਖਤਮ ਹੋ ਜਾਂਦੀ ਉਸ ਤੋਂ ਬਾਅਦ ਵੀ ਕੋਈ ਆਰਡਰ ਆਉਂਦਾ ਕੜੀ। ਬੜੇ ਆਰਡਰ ਆਉਂਦੇ ਆ ਲੋਕੀ ਰਾਤੀ 7 7 8 8 ਵਜੇ ਕੜੀ ਸਾਡੀ ਤਕਰੀਬਨ 7 ਜਾਂ 8 ਵਜੇ ਤੱਕ ਮਿਲਦੀ ਆ। ਇਹ ਤਾਂ ਤਾਂ ਕਿ ਕਈ ਵਾਰੀ ਕੜੀ ਵਿੱਚ ਪਕੌੜੇ ਵੀ ਨਹੀਂ ਰਾ ਜਾਂਦੇ ਪਰ ਲੋਕ ਤੇ ਜੇ ਦੇਖਿਆ ਜਾਵੇ ਤੇ ਬਾਹਰੋਂ ਜਿੱਦਾਂ ਕੋਈ ਆਰਡਰ ਕਰ ਦਿੰਦਾ ਤੁਹਾਨੂੰ ਇਹ ਤੁਸੀਂ ਦੁਕਾਨ ਤੇ ਵੇਚ ਦਿਓ ਮੰਨ ਲਓ ਕਿਸੇ ਦੇ ਘਰ ਕੋਈ ਫੰਕਸ਼ਨ ਆ ਜਾਂ ਕੋਈ ਪ੍ਰੋਗਰਾਮ ਆ ਉਹ ਤੁਹਾਨੂੰ ਆਰਡਰ ਕਰਦਾ ਤੇ ਉਹ ਵੀ ਤਿਆਰ ਕਰਕੇ ਦੇ ਦਿੰਦੇ ਹੋ ਹਾਂਜੀ ਉਹ ਵੀ ਹੁਣ ਪਰਸੋਂ ਚੌਥੀ ਆ ਜੇ ਮੈਨੂੰ ਇੱਕ ਆਰਡਰ ਆਇਆ ਸੀਗਾ 40 ਜਣਿਆਂ ਦੀ ਰੋਟੀ ਦਾ ਉਹ ਮੈਂ ਘਰੇ ਮੈਂ ਤਾਂ ਸਭ ਕੁਝ ਤਿਆਰ ਕਰਕੇ ਭੇਜਿਆ ਉਹਦੇ ਵਿੱਚ ਮੈਂ ਆਲੂ ਗੋਭੀ ਬਣਾਈ ਸੀ ਮਟਰਾਂ ਵਾਲੇ ਚਾਵਲ ਬਣਾਏ ਸੀਗੇ ਮਾਵਾ ਦੀ ਦਾਲ ਸੀ ਪਨੀਰ ਪੁਰਜੀ ਸੀ ਤੇ ਨਾਲ ਹੱਤ ਵਾਲੇ ਫੁਲਕੇ ਸੀਗੇ ਸੈਲਡ ਸੀ ਨਾਲ ਦਹੀਂ ਸੀਗਾ ਤੇ ਇਹ ਜਿੱਦਾਂ ਇਸ ਤਰ੍ਹਾਂ ਕੋਈ ਆਰਡਰ ਦੇਣਾ ਹੋਵੇ ਤੇ ਕਿੰਨੀ ਦਿਨ ਪਹਿਲਾਂ ਦੇਣਾ ਪਏਗਾ ਇਹ ਇੱਕ ਦਿਨ ਪਹਿਲਾਂ ਤੇ ਤੁਹਾਨੂੰ ਘੱਟੋ ਘੱਟ ਦੇਣਾ ਪਏਗਾ ਇਹ ਜਿੱਦਣ ਹੁਣ ਵਰਲਡ ਕੱਪ ਦਾ ਮੈਚ ਹੈਗਾ ਸੀਗਾ ਉਸ ਦਿਨ ਇੱਕ ਲੇਡੀ ਗੋਪਾਲ ਨਗਰ ਤੋਂ ਆਏ ਸੀਗੇ ਉਹਨਾਂ ਨੇ ਮੈਨੂੰ ਆਰਡਰ 2 ਵਜੇ ਦਿੱਤਾ ਤੇ ਮੈਂ 8 ਵਜੇ ਉਹਨਾਂ ਨੂੰ ਆਰਡਰ ਰੈਡੀ ਕਰਕੇ ਦਿੱਤਾ ਸੀਗਾ ਠੀਕ ਹੈ ਤੇ ਜੇ ਤੁਹਾਡਾ ਨਾਲ ਕੋਈ ਸੰਪਰਕ ਕਰਨਾ ਚਾਹਵੇ ਜਾਂ ਆਰਡਰ ਦੇਣਾ ਚਾਹਵੇ ਤਾਂ ਆਪਣਾ ਫੋਨ ਨੰਬਰ ਦੱਸ ਸਕਦੇ ਹੋ ਸਾਡੇ ਚੈਨਲ ਤੇ ਮੈਂ ਆਪਣਾ ਫੋਨ ਨੰਬਰ ਦੇ ਸਕਦੀ ਹੈਗੀ ਆ 8054671671 80546671671 ਜੀ ਬਿਲਕੁਲ ਤੁਸੀਂ ਦੇਖਿਆ ਕਿ ਇਸ ਪਰਿਵਾਰ ਨੇ ਉਦਮ ਕੀਤਾ ਤੇ ਆਪਣੇ ਹਥਿਆਰ ਨਹੀਂ ਸੁਟੇ ਤੇ ਕਾਰੋਬਾਰ ਸ਼ੁਰੂ ਕੀਤਾ ਉਹ ਵੀ ਆਪਣੀ ਨੂੰ ਦੇ ਕਹਿਣ ਤੇ ਤਾਂ ਇਹਨਾਂ ਦੇ ਸੋਹਰਾ ਸਾਹਿਬ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ 40 ਸਾਲ ਤੋਂ ਲੰਗਰ ਦੀ ਵੀ ਸੇਵਾ ਕਰਦੇ ਆ ਰਹੇ ਨੇ ਸਿੰਘ ਸਾਹਿਬ ਆਪਣਾ ਨਾਮ ਪਹਿਲਾਂ ਦੱਸ ਇਕਬਾਲ ਸਿੰਘ ਜੀ ਇਕਬਾਲ ਸਿੰਘ ਜੀ ਮੈਨੂੰ ਜੋ ਪਤਾ ਲੱਗਾ ਕਿ ਗੁਰੂ ਘਰ ਚ ਲੰਗਰ ਦੀ ਵੀ ਸੇਵਾ ਬੜੇ ਚਿਰ ਤੋਂ ਚੱਲੀ ਆ ਰਹੀ ਹੈ ਤੁਹਾਡੇ ਵੱਲੋਂ ਹੀ ਲੰਗਰ ਤਿਆਰ ਕੀਤਾ ਜਾਂਦਾ ਲੰਗਰ ਦੇ ਜੇ ਸੰਨ 80 ਤੋਂ ਮੈਂ ਕਰ ਰਿਹਾ ਜੀ ਤੇ ਅਜਿ ਤਕਰ ਕਰ ਹੀ ਆ ਰਹੇ ਹਾਂ ਜਿੱਥੇ ਕੋਈ ਕਵੇ ਟਾਈਮ ਹੋਣਾ ਚਾਹੀਦਾ ਸਾਡੇ ਕੋਲ ਪ੍ਰੀ ਸੇਵਾ ਕਰਨ ਦੇ ਪੈਸੇ ਦਿੱਤੇ ਕੋਈ ਸਵਾਲ ਹੀ ਬਣ ਨਹੀਂਦਾ ਲੈ ਲਈਆਂ ਤੇ ਨਾਲ ਅਸੀਂ ਆ ਕੋ ਆਪਣਾ ਮੈਂ ਆਪਣਾ ਬਿਟਲਨਾ ਲੈ ਜਣਾ ਹੈਲਪਰ ਵਾਸਤੇ ਤੇ ਅਸੀਂ ਕਦੇ ਦੁਨੀਆ ਨੇ ਕੰਮ ਪੁਕਤਾ ਦਿੰਦੇ ਆ ਇਹਦਾ ਮਤਲਬ ਫਿਰ ਉਹ ਸੇਵਾ ਦਾ ਅੱਜ ਫਲ ਮਿਲ ਗਿਆ ਹਨਾ ਉਸ ਸੇਵਾ ਦੇ ਜਰੀਏ ਜਿਹੜਾ ਕੰਮ ਕੀਤਾ ਸੀ ਅੱਜ ਉਹਦੇ ਨਾਲ ਹੀ ਕਾਰੋਬਾਰ ਮਿਲ ਗਿਆ ਬਿਲਕੁਲ ਸਹੀ ਗੱਲ ਹੈ ਕੁਛ ਮਿਲ ਕੇ ਬੀਬੀਆਂ ਦੀ ਅਰਦਾਸ ਵੀ ਹੈਗੀ ਸੀ ਬਾਬੇ ਨਾਨਕ ਦੀ ਅਰਦਾਸ ਹੈਗੀ ਵਿੱਚ ਤੇ ਕੁਛ ਸਾਡੀ ਸੇਵਾ ਨੇ ਫਲ ਕੀਤਾ ਕੋਈ ਸਾਡੇ ਹੱਥ 'ਚ ਹੁਨਰ ਹੈਗਾ ਸੀਗਾ ਤੇ ਹੁਨਰ ਦੇ ਹੁਣ باوجود ਸਾਡੇ ਕੋ ਕੰਮ ਕਾਫੀ ਛੋਟੇ ਕੰਮ ਕਰੀਏ ਕੰਮ ਕਰੀਏ ਪਰ ਕੰਮ ਕਰਨ ਵਾਸਤੇ ਮਾਇਆ ਬਹੁਤ ਚਾਹੀਦੀ ਆ ਤੇ ਮਾਇਆ ਸਾਡੇ ਕੋਲ ਹੈ ਨਹੀਂ ਸੀਗੀ ਇਹੋ ਹੀ ਕੰਮ ਇੱਕ ਹੈਗਾ ਸੀ ਜਿਹੜਾ ਬੱਚਾ ਜਿਹਦੇ ਵਿੱਚ ਮਾਇਆ ਘੱਟ ਲੱਗਦੀ ਆ ਤੇ ਕੰਮ ਪੈਸੇ ਹੀ ਮਿਲ ਸਕਦੇ ਆ ਰੋਟੀ ਪਾਣੀ ਸਾਡਾ ਚੱਲ ਸਕਦਾ ਗੁਜ਼ਾਰਾ ਹੋ ਜਾਂਦਾ ਤੇ ਦੁਕਾਨ ਕਿੰਨੇ ਵਜੇ ਸ਼ੁਰੂ ਕਰ ਦਿੰਦੇ ਕਿੰਨੇ ਤੋਂ ਕਿੰਨੇ ਵਜੇ ਤੱਕ ਦੁਕਾਨ ਖੁੱਲਹੀ ਦੁਕਾਨ ਸੇ ਅਸੀਂ ਸਾਡੀ 1:3 ਵਜੇ ਨਾਲ ਅਸੀਂ ਮਾਲ ਤਿਆਰ ਕਰ ਦਿੰਨੇ ਤੇ ਰਾਤ ਦੇ 10 ਵਜੇ ਜਾਂਦੇ ਲਗਭਗ ਕਈ ਚੀਜ਼ਾਂ ਵਿੱਚ ਖਤਮ ਹੋ ਜਾਂਦੀਆਂ ਵਾ ਜਿਹੜੀ ਚੀਜ਼ ਕੋਈ ਬੱਜਦੀ ਫਿਰ ਗਾਹ ਕਹਿੰਦਾ ਇਹੋ ਹੀ ਸੰ ਦੇ ਦਿਓ ਜੇ ਕੜੀ ਖਤਮ ਹੋ ਗਈ ਕੜੀ ਦਾ ਗਾਹ ਕਹਿੰਦਾ ਦਾਲ ਦੇ ਦਿਓ ਜੇ ਦਾਲ ਖਤਮ ਹੋ ਗਈ ਕਹਿੰਨ ਗਰਾਜ ਮਾਂ ਦੇ ਦਿਓ ਜਿਹੜੀ ਚੀਜ਼ ਖਤਮ ਹੁੰਦੀ ਜਿੰਦੇ ਫਿਰ ਦੂਜੀ ਜਿਹੜੀ ਅਲਟਰਨੇਟ ਜਿਹੜੀ ਚੀਜ਼ ਹੁੰਦੀ ਫਿਰ ਉਹ ਗਾਹ ਲੈ ਜਾਂਦਾ ਸਾਡੇ ਕੋਲ ਠੀਕ ਹੈ ਤੇ ਰੇਟ ਕੀ ਰੱਖੇ ਹੋਏ ਉੱਥੇ ਤੁਸੀਂ ਰੇਟ ਅਸੀਂ ਕਮਾਈ ਦਾ ਸਾਧਨ ਰੱਖਿਆ ਸੀ ਰੇਟ ਮਤਲਬ ਕਿ ਉਹੇ ਜੇ ਰੱਖੇ ਜੇ ਕੋਈ ਗਰੀਬੰਦਾ ਵੀ ਆਇਆ ਨਾ ਕਹਿੰਦਾ ਮੈਨੂੰ 20 ਦੀ ਕੜੀ ਦੇ ਦਿਓ ਅਸੀਂ ਉਹਨੂੰ 20 ਦੀ ਵਿਕੜੀ ਦੇ ਦਿੰਨੇ ਆ ਕੰਪਰੋਮਾਈਜ਼ ਜਿਹੜਾ ਸਾਡਾ ਕੁਆਲਟੀ ਨਾਲ ਬਿਲਕੁਲ ਨਹੀਂ ਹੋਏਗਾ ਕੁਆਲਟੀ ਡਾਊਨ ਨਾ ਕਰਾਂਗੇ ਨਾ ਕਦੀ ਹੋਏਗੀ ਸਿਰਫ ਸਾਡਾ ਮਕਸਦ ਇਹ ਆ ਕਿ ਸਾਡਾ ਘਰ ਦਾ ਗੁਜ਼ਾਰਾ ਚੱਲਦਾ ਜਾਵੇ ਬਸ ਗੱਲ ਖਤਮ। ਸਰੀਰ ਵੀ ਮੇਰੇ ਸਾਹ ਨਾਲ ਇਹਦੇ ਨਾਲ ਤੰਦਰੁਸਤ ਰਹਿਣ ਦਾ ਕਰੇ ਹੱਥੀ ਕੰਮ ਕੀਤਾ। ਨਹੀਂ ਸਰ ਹੱਥੀ ਕੰਮ ਤੇ ਮੈਂ ਸ਼ੁਰੂ ਤੋਂ ਕਰਦਾ ਆ ਰਿਹਾ ਸੀ ਗੱਲ ਨਹੀਂ ਕਿ ਹੁਣ ਵੀ ਕਰ ਰਿਹਾ। ਇਸ ਵੇਲੇ ਮੇਰੀ ਉਮਰ 72 ਸਾਲ ਦੀ ਹੋ ਗਈ ਆ ਤੇ ਮਨ ਲ ਕੇ ਪੂਰੀ ਹਿੰਮਤ ਨਾਲ ਕੰਮ ਕਰੀ ਦੀ ਐਸੀ ਗੱਲ ਨਹੀਂ ਆਗੀ। ਠੀਕ ਹੈ। ਆਂਟੀ ਵੀ ਇੱਥੇ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਕਿਉਂਕਿ ਸਾਰਾ ਪਰਿਵਾਰ ਹੀ ਇਸ ਕੰਮ ਦੇ ਵਿੱਚ ਇੱਕ ਦੂਜੀ ਦੀ ਮਦਦ ਕਰਦਾ। ਆਂਟੀ ਨੂੰ ਸੱਸ ਵਾਲਾ ਰਿਸ਼ਤਾ ਕਿ ਧੀ ਤੇ ਮਾਮਲਾ। ਮੇਰੀ ਧੀ ਹੈ। ਅੱਛਾ। ਅੰ ਦੇ ਕੇ ਸਤਾ ਵੀ ਤੁਹਾਡੇ ਵੱਲੋਂ ਕਿੰਨੀ ਕੁ ਮਦਦ ਰਹਿੰਦੀ ਕਿਉਂਕਿ ਸਾਰਾ ਸਮਾਨ ਤਿਆਰ ਕਰਨਾ ਫਿਰ ਦੁਕਾਨ ਤੇ ਜਾ ਕੇ ਉਹਨਾਂ ਦੇ ਹੈਲਪਰ ਹੈ ਅੱਛਾ ਜੀ ਜੋ ਮੈਨੂੰ ਕਹਿਣ ਕਿ ਮੈਂ ਕਰਦੀ ਆ ਬਾਕੀ ਕਰਨਾ ਤਰਨਾ ਬਣਾਉਣਾ ਸਭੇ ਦਾ ਕੰਮ ਹੈ ਠੀਕ ਹੈ ਕੰਮ ਜਿਹੜਾ ਸ਼ੁਰੂ ਹੋਇਆ ਉਹ ਇਹਦੇ ਸਿਰ ਤੇ ਹੈ ਪਹਿਲੇ ਕਹੇ ਵੀ ਕੰਮ ਤੇਰੇ ਸਿਰ ਤੇ ਹੋਏਗਾ ਤੂੰ ਕਰਨਾ ਸਾਨੂੰ ਜੋ ਕਹਿੰਗੇ ਅਸੀਂ ਉਹ ਕਰਾਂਗੇ ਠੀਕ ਹੈ ਬਾਕੀ ਤੁਹਾਡੇ ਵੱਲੋਂ ਕੀ ਕੁਛ ਕੀਤਾ ਜਾਂਦਾ ਨਾਲ ਜਿੰਨੇ ਕਿ ਹੈਲਪ ਹੁੰਦੇ ਆ ਆਟਾ ਗੁੰਨ ਦਿੱਤਾ ਫੁਲਕੇ ਲਾ ਦਿੱਤੇ ਸਬਜ਼ੀ ਕੱਟਦੀ ਜੋ ਉਸੇ ਟਾਈਮ ਤੇ ਕੋਈ ਆਰਡਰ ਆ ਗਿਆ ਕੁਝ ਉਨਾਲਪੁਰੀ ਹੈਲਪ ਕਰਾ ਦੇ ਦੀਏ ਹਲਾ ਜੋ ਮਤਲਬ ਕਰਨਾ ਕਰਨਾ ਸਭ ਮਿਲ ਕੇ ਕਰਦੇ ਪਏ ਐਸੇ ਠੀਕ ਹੈ ਸਾਰਾ ਪਰਿਵਾਰ ਤੇ ਦੁਕਾਨ ਤੇ ਵੀ ਜਾਂਦੇ ਹੋ ਨਾਲ ਫਿਰ ਨਹੀਂ ਦੁਕਾਨ ਤੇ ਮੈਂ ਨਹੀਂ ਜਾਂਦੇ ਕਦੀ ਲੋਡ ਤੇ ਬਹਿਣ ਦੀ ਵੀ ਕਿਤੇ ਕੰਮ ਜਾਣਾ ਕੋਈ ਨਾ ਹੋਵੇ ਵੀ ਕੰਮ ਲੱਗੀ ਹੋਏ ਫਿਰ ਮੈਂ ਜਾ ਕੇ ਭਾਵੇਂ ਬੈਠੋ ਵੈਸੇ ਨਹੀਂ ਆਮ ਪਰਿਵਾਰਾਂ ਨੂੰ ਕੀ ਕਹਿਣਾ ਚਾਹੁੰਦੇ ਜਿਸ ਤਰੀਕੇ ਨਾਲ ਤੁਸੀਂ ਇੰਨੀ ਮਿਹਨਤ ਕਰਦੇ ਪਏ ਹੋ ਆਪਣੇ ਛੋੜਾ ਸਾਹਿਬ ਨੂੰ ਨਾਲ ਲੈ ਕੇ ਸੱਸ ਨੂੰ ਨਾਲ ਲੈ ਕੇ ਪਰਿਵਾਰ ਚਲਾਉਣ ਲਈ ਮਿਹਨਤ ਕਰ ਰਹੇ ਹੋ ਉਹਨਾਂ ਪਰਿਵਾਰਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਹਥਿਆਰ ਹੀ ਸੁੱਟ ਕੇ ਬੈਠ ਜਾਂਦੇ ਆ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੀ ਆਪਣਾ ਆਪ ਦੇਖੋ ਆਪਣਾ ਪਰਿਵਾਰ ਦੇਖੋ ਕਦੀ ਵੀ ਪਿੱਛੇ ਨਾ ਹਟੋ ਤੁਹਾਡੇ ਹੱਥ ਵਿੱਚ ਜਿਹੜਾ ਵੀ ਹੁਨਰ ਹੈਗਾ ਉਸ ਹੁਨਰ ਨੂੰ ਲੈ ਕੇ ਤੁਸੀਂ ਅੱਗੇ ਚਲੋ ਆਪ ਵੀ ਚਲੋ ਆਪਣੇ ਪਰਿਵਾਰ ਨੂੰ ਵੀ ਚਲਾਓ ਐਸ ਵੇਲੇ ਫਿਰ ਇਸ ਕੰਮ ਤੋਂ ਪਰਿਵਾਰ ਚੱਲ ਰਿਹਾ ਸਹੀ ਮੇਰਾ ਪਰਿਵਾਰ ਬਹੁਤ ਵਧੀਆ ਚੱਲਦਾ ਪਿਆ ਹੁਣ ਮੈਂ ਆਪਣੇ ਬੱਚਿਆਂ ਦੀ ਡਿਮਾਂਡਸ ਪੂਰੀ ਕਰਦੀ ਪਈ ਆ ਆਪਣੇ ਮਦਰ ਫਾਦਰ ਦੇ ਫੇਸ ਤੇ ਸਮਾਈਲ ਵੇਖਦੀ ਪਈ ਆ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਬਾਬਾ ਜੀ ਦਾ ਬਹੁਤ ਸ਼ੁਕਰਾਨਾ ਆ ਦੁਕਾਨ ਫਿਰ ਕਿਸ ਦੇ ਨਾਮ ਤੇ ਰੱਖੀ ਹੋਈ ਆ ਦੁਕਾਨ ਮੈਂ ਆਪਣੇ ਫਾਦਰ ਸਾਹਿਬ ਦੇ ਨਾਮ ਤੇ ਰੱਖੀ ਬਾਲੀ ਢਾਬਾ ਠੀਕ ਹੈ ਜੀ ਬਿਲਕੁਲ ਤੁਸੀਂ ਦੇਖਿਆ ਕਿ ਇਹ ਪਰਿਵਾਰ ਜਿੱਥੇ ਅੱਜ ਕਈ ਪਰਿਵਾਰ ਐਸੇ ਨੇ ਕਿ ਜਿਹੜੀ ਤੰਗੀ ਦੇ ਦੌਰ ਚੋਂ ਗੁਜ਼ਰਦੇ ਨੇ ਪਰ ਉੱਬਰਣਾ ਨਹੀਂ ਚਾਹੁੰਦੇ ਜਾਂ ਫਿਰ ਕਹਿ ਲਿਆ ਜਾਂਦਾ ਹੈ ਕਿ ਹਥਿਆਰ ਛੁੱਟ ਕੇ ਬੈਠ ਜਾਂਦੇ ਨੇ ਪਰ ਇਸ ਪਰਿਵਾਰ ਦੇ ਉੱਤੇ ਕਈ ਪ੍ਰਕਾਰ ਦੀਆਂ ਦਿੱਕਤਾਂ ਆਈਆਂ ਮੁਸ਼ਕਲਾਂ ਆਈਆਂ ਉਹਨਾਂ ਦਾ ਸਾਹਮਣਾ ਕਰਦਿਆਂ ਹੋਇਆਂ ਹੁਣ ਵੀ ਇਹਨਾਂ ਦਾ ਮਿਹਨਤ ਉਦਮ ਜਾਰੀ ਹੈ ਸਾਰਾ ਪਰਿਵਾਰ ਘਰ ਦੇ ਵਿੱਚ ਸਮਾਨ ਤਿਆਰ ਕਰਦਾ ਹੈ ਤੇ ਦੁਕਾਨ ਤੇ ਜਾ ਕੇ ਉਸ ਸਮਾਨ ਨੂੰ ਵੇਚ ਕੇ ਉਦੀ ਕਮਾਈ ਤੋਂ ਆਪਣਾ ਪਰਿਵਾਰ ਚਲਾ ਰਿਹਾ ਹੈ ਇਸ ਪਰਿਵਾਰ ਦੇ ਮੁਖੀ ਸਰਦਾਰ ਇਕਬਾਲ ਸਿੰਘ ਜੀ 40 ਸਾਲ ਤੋਂ ਗੁਰਦੁਆਰਾ ਸਾਹਿਬ ਦੇ ਅੰਦਰ ਲੰਗਰ ਦੀ ਵੀ ਸੇਵਾ ਨਿਭਾ ਰਹੇ ਨੇ ਤਾਂ ਉਸੇ ਲੰਗਰ ਦੀ ਸੇਵਾ ਦੇ ਚਲਦਿਆਂ ਹੀ ਅੱਜ ਇਹਨਾਂ ਨੂੰ ਇੱਕ ਕਾਰੋਬਾਰ ਮਿਲ ਗਿਆ ਹੈ ਜਿਸ ਤੋਂ ਆਪਣਾ ਪਰਿਵਾਰ ਚਲਾਉਂਦੇ ਨਜ਼ਰ ਆ ਰਹੇ ਨੇ ਐਸੇ ਪਰਿਵਾਰਾਂ ਦੇ ਲਈ ਇੱਕ ਮਿਸਾਲ ਕਾਇਮ ਕਰ ਰਹੇ ਨੇ ਜਿਹੜੇ ਪਰਿਵਾਰ ਮਿਹਨਤ ਕਰਨ ਤੋਂ ਝਿਜਕਦੇ ਹਨ ਜਾਂ ਫਿਰ ਹਥਿਆਰ ਸੁਟ ਕੇ ਬੈਠ ਜਾਂਦੇ ਹਨ ਕੈਮਰਾ ਪਰਸਨ ਪ੍ਰਮਿੰਦਰ ਦੇ ਨਾਲ ਭਪਾਲ ਸਿੰਘ ਪੰਜਾਬ ਨਿਊਜ਼ ਬਟਾਲਾ